ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ, ਤੰਦਰੁਸਤ ਹੋਵੋਗੇ। ਅਤੇ ਟਾਈਮ ਹੋ ਗਿਆ ਜੀ ਅੱਜ 4:30 ਹੋਏ ਆ ਵੈਸੇ, ਅਤੇ ਇਸ ਵੇਲੇ ਹੈਗੇ ਹਾਂ ਜੀ ਆਪਾਂ ਬਲਾਚੌਰ, ਮੈਂ ਪਾਪਾ ਅਤੇ ਸਤਵੀਰ। ਇਹ ਸੁੱਤੀ ਪਈ ਸੀ ਹੁਣੇ ਜਦੋਂ ਮੈਂ ਫੋਨ ਚੱਕਿਆ ਇੱਥੋਂ, ਅਤੇ ਇਹਨੂੰ ਖੜਕੇ ਦੀ ਆਵਾਜ਼ ਸੁਣੀ ਅਤੇ ਉੱਠ ਖੜੀ ਆ। ਅਤੇ ਹਜੇ ਦੇਖ ਲਓ ਵੀ ਘਰੋਂ ਤੁਰਿਆਂ ਨੂੰ ਸਾਨੂੰ 1 ਘੰਟਾ ਹੋਇਆ, ਵਿੱਚ ਬਹਿੰਦੀ ਸੌ ਗਈ। ਅਤੇ ਅੱਜ ਦਾ ਵਲੌਗ ਜਿਹੜਾ ਹੈਗਾ ਜੀ, ਇਸ ਵੇਲੇ ਆਪਾਂ ਬਲਾਚੌਰ ਤੋਂ ਸਟਾਰਟ ਕਰ ਰਹੇ ਹਾਂ। ਬਲਾਚੌਰ ਪਹੁੰਚ ਗਏ, ਇੱਥੇ ਬ੍ਰੇਕ ਲੈਣੀ ਹੁਣ ਆਪਾਂ ਨੇ। ਅੱਜ ਆਪਾਂ ਜਾ ਰਹੇ ਹਾਂ ਜੀ ਮੰਮੀ ਨੂੰ ਲੈਣ, ਮੰਮੀ USA ਤੋਂ ਵਾਪਸ ਆਉਂਦੇ ਪਏ ਆ। ਅਤੇ ਉਹਨਾਂ ਦੀ ਰਾਤ ਨੂੰ 3 ਵਜੇ ਫਲਾਈਟ ਉੱਤਰਨੀ, 2:55-3 ਵਜੇ ਦੇ ਗੇਟ ਦੇ ਵਿੱਚ ਫਲਾਈਟ ਉੱਤਰਨੀ ਆ। ਅਤੇ ਆਪਾਂ ਸੋਚਿਆ ਵੀ ਨਾਲੇ ਘੁੰਮ ਫਿਰ ਆਉਂਦੇ ਹਾਂ, 3 ਜਣੇ ਪਾਪਾ ਨੂੰ ਫੋਨ ਕਰਕੇ ਸੱਦ ਲਿਆ ਸੀ ਨੰਗਲ ਤੋਂ। ਅਤੇ ਇਸ ਵੇਲੇ ਬ੍ਰੇਕ ਲੈ ਰਹੇ ਹਾਂ ਜੀ 4:30, ਉਹੀ ਜਿਹੜੀ ਆਪਣੀ 4 ਵਜੇ ਜੀ ਚਾਹ ਹੁੰਦੀ ਆ ਉਹ ਪੀਣੀ ਆ ਹੁਣ ਆਪਾਂ ਨੇ। ਚਾਹ ਪੀਣੀ ਆ ਕਿ ਕੌਫੀ ਪੀਣੀ? ਚਾਹ ਪੀਣੀ ਆ ਕਿ ਕੌਫੀ ਪੀਣੀ ਆ? ਕੌਫੀ ਪੀਂਦੇ, ਇੱਥੇ CCD ਦੀ ਕੱਪਚੀਨੋ ਪੀਂਦੇ, ਕੱਪਚੀਨੋ। ਇਹ ਆ ਜੀ ਸਾਹਮਣੇ ਪੰਜਾਬੀ ਚੁੱਲ੍ਹਾ, ਅਤੇ ਆਪਾਂ ਇੱਥੇ ਗੱਡੀ ਪਾਰਕ ਕਰਦੇ ਹਾਂ, ਅਤੇ ਨਾਲ CCD ਦੀ ਕੌਫੀ। ਕੌਫੀ ਤਾਂ ਵੈਸੇ ਪੰਜਾਬੀ ਚੁੱਲ੍ਹੇ 'ਚ ਵੀ ਮਿਲ ਜਾਣੀ ਆ, ਮੈਂ ਇੱਥੇ ਲਾ ਦਿੰਦਾ, ਇੱਥੇ ਵੀ ਲਾਉਣ ਨੂੰ। ਇਹ ਵੀ ਕੋਈ ਚੱਕਰ ਇੱਥੇ ਉੱਥੇ ਲਾਉਣ ਦਾ? ਗੱਡੀ 'ਚ ਬਹਿ ਕੇ ਖਾਣ ਲਈ ਫਿਰ ਇੱਥੇ ਲਾ ਦਿੰਦਾ, ਇਹਦੇ ਨਾਲ ਬੋਕਸ ਬੈਗ ਦੇ ਨਾਲ ਲਾ ਦਿੰਦਾ, ਇੱਥੇ ਲਾ ਦਿੰਦਾ, ਵਿੱਚ ਬਹਿ ਕੇ ਖਾ ਲੂੰਗਾ ਮੈਂ, ਹੈ ਨਾ। ਮੈਂ ਤਾਂ ਵਿੱਚ ਬਹਿ ਕੇ ਖਾ ਲੂੰਗਾ। ਅਤੇ ਕੌਫੀ ਮੈਂ ਲਿਆਉਂਦੇ ਹਾਂ, ਵਾਸ਼ਰੂਮ ਜਾਣਾ ਜਿਹਨੇ ਵਾਸ਼ਰੂਮ ਜਾ ਜਾਂਦੇ ਆ, ਠੀਕ ਹੈ। ਉਹਨਾਂ ਨੂੰ ਕਹਿ ਦੇ ਵੀ ਅੰਦਰ ਭੇਜ ਦਿਓ ਪਰੌਂਠਾ। ਇੱਥੇ ਤਸੱਲੀ ਨਾਲ ਖਾ ਕੇ ਫਿਰ ਚੱਲਦੇ, ਘੰਟਾ ਲੱਗ ਜਾਵੇ ਭਾਵੇਂ 1.5 ਘੰਟਾ ਲੱਗ ਜਾਵੇ। ਅਤੇ ਮੌਸਮ ਬਾਰ ਮੀਂਹ ਵਾਲਾ ਹੋਇਆ ਆ, ਅਤੇ ਮੈਨੂੰ ਲੱਗਦਾ ਵੀ ਆਪਾਂ ਮੰਮੀ ਨੂੰ ਮਿਲਣਾ ਹੈ ਤਕਰੀਬਨ 5 ਮਹੀਨੇ ਬਾਅਦ। 4 ਮਹੀਨੇ ਕਿੱਥੇ, 5 ਹੋ ਚੱਲੇ ਆ, ਇਹ 10-12 ਦਿਨ ਉੱਪਰ ਥੱਲੇ ਹੋਊਗੇ, 5 ਮਹੀਨੇ ਹੋ ਜਾਣੇ ਆ ਮੰਮੀ ਨੂੰ, ਫਿਰ 5 ਮਹੀਨਿਆਂ ਬਾਅਦ ਮੰਮੀ ਨੂੰ ਮਿਲਣਾ। ਅਤੇ ਕੋਸ਼ਿਸ਼ ਕਰਾਂਗੇ ਫੁੱਲ ਇੰਜੋਏ ਕੀਤਾ ਜਾਵੇ, ਬਾਕੀ ਮਹਾਰਾਜ ਦੇ ਹੱਥ ਆ। 9 ਨਵੰਬਰ ਨੂੰ ਗਏ ਸੀਗੇ, ਅਤੇ 28 ਜਨਵਰੀ 28 ਕਿੰਨੀ 28 ਮਾਰਚ ਆ। ਅਤੇ ਕੌਫੀ ਦਾ ਜਡੈਨ ਬਹੁਤ ਸੋਹਣਾ ਡਿਜ਼ਾਇਨ ਹੁੰਦਾ ਕਿ ਜਡੈਨ ਹੁੰਦਾ? ਜਡੈਨ ਹੁੰਦਾ। ਹੁਣ ਸਵੀਰ ਨੇ ਨਾ ਇਹ ਦੇਖ ਕੇ ਮੰਗਣ ਆਪਣੀ ਵੀ ਮੈਨੂੰ ਵੀ ਦੇ ਦਿਓ ਵੀਰ ਨੂੰ। ਚਿੱਤ ਕਰ ਲਾ ਆਪਣਾ ਨਾ, ਮੈਨੂੰ ਪਤਾ ਤੇਰਾ। ਚਲੋ ਇਹਨੂੰ ਖਤਮ ਕਰਦੇ ਹਾਂ। ਜਿਹੜੀ ਮੈਂ ਚੀਜ਼ ਕਹੀ ਸੀ ਉਹੀ ਹੋਊਗੀ ਕਿ ਨਹੀਂ? ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਦੇਖ ਖਾਂਦਿਆਂ ਨੂੰ ਦੇਖ ਕੇ ਭੁੱਖੀ ਨਹੀਂ ਰਹਿ ਸਕਦੀ। ਜੇ ਇਹ ਆਪਣੇ ਨੇ ਨਾ ਲੈ ਕੇ ਆਉਂਦੀ ਤਾਂ ਸਾਡੇ ਪਰੌਂਠੇ 'ਚ ਨੀਤ ਰੱਖਣੀ ਸੀ ਇਹਨੇ, ਮੇਰੇ ਵਾਲੇ 'ਚ ਗੋਲਗੱਪੇ। ਦੇਖ ਲਓ ਬਾਹਰ ਜਾ ਕੇ ਨਾ, ਉੱਥੇ ਕਈ ਹੈ ਢਾਬੇ 'ਤੇ ਪੰਜਾਬੀ ਚੁੱਲ੍ਹੇ 'ਤੇ ਵੀ ਮੈਨੂੰ ਗੋਲਗੱਪੇ ਅੰਦਰ ਭੇਜ ਦਿਓ। ਮੈਂ ਕਿਹਾ ਇੱਕ ਵਾਰ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਵਾਂ ਵੀ ਇੱਦਾਂ ਨਹੀਂ ਹੈ, ਖਾਲੀ ਨਹੀਂ ਮੁੜਦੀ ਹੁੰਦੀ ਕਿਤੋਂ ਵੀ, ਉਹਦੇ ਇੱਦਾਂ ਵਿੱਚ ਐਡ ਕਰਕੇ ਨਾ ਉਂਗਲੀਆਂ ਨਾਲ ਧੁੰਨ ਕੇ ਆ ਪਾਇਆ ਇਹਨੇ ਗਲਾਸ ਨਾਲ ਪਾਣੀ, ਗੋਲਗੱਪਾ ਖਾਣ ਨੂੰ। ਕਿੰਨੇ ਦਾ ਆ ਗਿਆ? 44 ਲੀਟਰ ਤੇਲ ਗੱਡੀ ਦੇ ਵਿੱਚ ਪੈ ਗਿਆ ਜੀ। ਇਸ ਵੇਲੇ ਹੈਗੇ ਆਪਾਂ ਚੰਡੀਗੜ੍ਹ,
ਵਿੱਚ ਇਹਦੇ ਸੀਗਾ ਵੀ 1500 ਦਾ ਤੇਲ ਸੀਗਾ ਵੀ, ਤੇ ਚੰਡੀਗੜ੍ਹ ਆ ਕੇ ਆਪਾਂ ਫਿਊਲਿੰਗ ਕਰਾਈ ਆ, ਹੁਣ 4400 ਦਾ ਪਿਆ 44 ਲੀਟਰ ਥੋੜ੍ਹਾ ਜਿਹਾ। ਹੁਣ ਇਹਦਾ ਬੂਟਾ ਬੂਟਾ ਨਾ ਹੁਣ ਇਸ ਚੱਕਰ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਕਰ ਦਿੱਤਾ ਨਾ ਵੀ, ਤਾਂ ਹੀ ਸਸਤਾ ਕੀਤਾ 2-2 ਰੁਪਈਏ ਪੰਜਾਬ 'ਚ 2 ਰੁਪਈਏ ਇੱਥੇ ਪਰ ਸੇਮ ਹੀ ਨਹੀਂ, ਇੱਥੇ ਵੀ 2 ਰੁਪਈਏ ਘਟਿਆ। ਅਤੇ ਹੁਣ ਆਪਣੇ ਗੱਡੀ ਦੀ ਟੈਂਕੀ ਹੋ ਗਈ ਆ ਜੀ ਫੁੱਲ, ਅਤੇ ਆਉਂਦੇ ਹੋਏ ਦੇਖਾਂਗੇ ਵੀ ਕੀ ਚੰਡੀਗੜ੍ਹ ਦੇ ਵਿੱਚ ਉਦੋਂ ਲੰਘਣਾ ਆਪਾਂ ਅਤੇ ਕੀ ਮਾਹੌਲ ਬਣਦਾ। ਜੇ ਤਾਂ ਮੰਗੂਗੀ ਹੋਰ ਪੀਣਾ ਮੰਗੂਗੀ ਫਿਰ ਹੋਰ ਪਲਾ ਦਾਂਗੇ ਇਹਨੂੰ, ਖੂਹ ਆਏ ਤਾਂ ਪਲਾ ਹੀ ਚਲੋ ਇਹਨੂੰ। ਜੇ ਆਪਾਂ ਇਕੱਲਾ ਚੰਡੀਗੜ੍ਹ ਨੂੰ ਆਉਣਾ ਹੋਵੇ ਫਿਰ 2000 ਦਾ ਤੇਲ ਤਾਂ ਮਿਨੀਮਮ ਲੱਗਦਾ, 2000-2500 ਦਾ ਇਹਦੇ ਵਿੱਚ। ਅਤੇ ਹੁਣ ਦਿੱਲੀ ਦਾ ਦੇਖੋ, ਦਿੱਲੀ ਸਾਨੂੰ ਤਕਰੀਬਨ 400 ਕਿਲੋਮੀਟਰ ਪੈਂਦੀ ਜੀ ਏਅਰਪੋਰਟ ਤੱਕ। ਸੋ ਇਸ ਵੇਲੇ ਹੈਗੇ ਜੀ ਚੰਡੀਗੜ੍ਹ, ਫਿਊਲਿੰਗ ਕਰਵਾ ਲਈ ਆ ਅਤੇ ਇਸ ਤੋਂ ਬਾਅਦ ਹੁਣ ਆਪਾਂ ਵਾਇਆ ਜੀਰਕਪੁਰ ਹੋ ਕੇ ਨਿਕਲ ਜਾਣਾ। ਪਹੁੰਚ ਗਏ ਹਾਂ ਜੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ। ਇਹ ਆ ਗਿਆ ਜੀ ਪਾਰਕਿੰਗ। ਸਭ ਤੋਂ ਪਹਿਲਾਂ ਦਿੱਲੀ ਪਹੁੰਚ ਕੇ ਅਸੀਂ ਇਹੀ ਪਲੈਨ ਬਣਾਇਆ ਬਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ, ਕਿਉਂ ਟਾਈਮ ਹਜੇ ਪਿਆ। ਟਾਈਮ ਤਾਂ ਹਜੇ ਹੋਇਆ ਸਾਰਾ 12 ਵਜਣ ਨੂੰ ਵੀ 5 ਮਿੰਟ ਪਏ ਆ, ਅਤੇ ਵੈਸੇ ਤਾਂ ਮੈਨੂੰ ਲੱਗਦਾ ਸੁਖਾਸਨ ਹੋ ਗਿਆ ਹੋਣਾ ਹੈ ਨਾ, ਪਰ ਬਾਹਰੋਂ ਬਾਹਰ ਵੀ ਦਰਸ਼ਨ ਹੋ ਜਾਣੇ ਆ ਅਤੇ ਕਰਕੇ ਹੀ ਜਾਈਏ, ਅਰਦਾਸ ਬੇਨਤੀ ਕਰਕੇ ਹੀ ਜਾਈਏ ਮਹਾਰਾਜ ਅੱਗੇ ਵੀ। ਜਿੱਦਾਂ ਆਪਾਂ ਰਾਜੀ ਬਾਜੀ ਆਏ ਹਾਂ ਉੱਦਾਂ ਹੀ ਮੰਮੀ ਨੂੰ ਲੈ ਕੇ ਰਾਜੀ ਬਾਜੀ ਆਪਾਂ ਵਾਪਸ ਆਪਣੇ ਘਰ ਚੱਲੀਏ। ਅਤੇ ਹਜੇ ਤੱਕ ਤਾਂ ਸਫ਼ਰ ਬਹੁਤ ਵਧੀਆ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਬਾਕੀ ਅੱਗੇ ਜਾ ਕੇ ਦੇਖੋ ਕਿੱਦਾਂ ਹੁੰਦੀ ਹੈ। ਹੁਣ ਇੱਥੇ ਗੱਡੀ ਲਾਈਏ ਆਪਾਂ ਪਾਰਕਿੰਗ 'ਚ, ਅਤੇ ਇੱਥੋਂ ਦਰਸ਼ਨ ਕਰਕੇ ਤਾਂ ਫਿਰ ਆਪਾਂ ਏਅਰਪੋਰਟ ਨਿਕਲ ਜਾਣਾ ਜੀ, ਕਿਉਂ ਮੰਮੀ ਦੀ ਵੀ ਫਲਾਈਟ ਥੋੜ੍ਹੀ ਅਰਲੀ ਦੱਸਦੇ ਪਏ ਆ, ਬਾਕੀ ਉੱਥੇ ਜਾ ਕੇ ਪਤਾ ਲੱਗ। ਵੱਜ ਗਏ ਅਸੀਂ ਬੰਗਲਾ ਸਾਹਿਬ ਤੋਂ, ਸਵਿੱਚ ਆਫ ਹੁੰਦਾ ਪਿਆ, 3 ਵਜੇ ਉੱਤਰ ਗਿਆ ਹੁਣ ਜਹਾਜ਼। ਅਸੀਂ ਬੰਗਲਾ ਸਾਹਿਬ ਤੋਂ 1:30 ਵਜੇ ਕਿੱਥੇ ਆਏ ਹਾਂ, 12:30 ਤੁਰ ਪਏ ਸੀ ਤੁਸੀਂ, 1:30 ਇੱਥੇ ਆ ਗਏ ਸੀ। ਪਾਪਾ ਨੇ ਨਾ ਉੱਥੇ ਗੁਰਦੁਆਰੇ ਕਹਿ ਦਿੱਤਾ ਵੀ 1:30 ਵਜ ਗਿਆ, ਚਲੋ ਚਲੋ ਚਲੋ। ਜਦੋਂ ਉੱਥੋਂ ਨਿਕਲ ਗਏ ਪਾਰਕਿੰਗ ਚੋਂ ਅਤੇ ਗੱਡੀ ਜਾ ਕੇ ਦੇਖਿਆ ਤਾਂ 12:30 ਵਜੇ, 12:30 ਵਜੇ ਅਤੇ ਇੱਥੇ ਪਹੁੰਚ ਗਏ ਅਸੀਂ ਉੱਥੋਂ ਅੱਧਾ ਘੰਟੇ ਦੇ ਵਿੱਚ ਹੀ।
ਕਿੰਨੇ ਵਜੇ? 1:15 ਵਜੇ ਪਹੁੰਚ ਗਏ ਸੀ, 1:15 ਵਜੇ ਇੱਥੇ ਪਹੁੰਚ ਗਏ। ਤੇ ਜਦ ਪਾਰਕਿੰਗ ਦੇ ਵਿੱਚ ਨਾ ਲਮਲੇਟ ਹੋਏ ਪਏ, ਰੁਮਾਲ ਰਮੂਲ ਮੂੰਹਾਂ 'ਤੇ ਲੈ ਕੇ ਸੁੱਤੇ ਪਏ ਆ, ਇਹਨੇ ਘੰਟਾ ਕਹਿੰਦੇ ਨੀਂਦ ਪੂਰੀ ਕੀਤੀ, ਮੈਂ ਵੀ ਥੋੜ੍ਹੀ ਬੁੱਤੀ ਕੀਤੀ। ਕਿੱਦਾਂ ਰਿਹਾ ਵੇ ਜਹਾਜ਼ ਦਾ ਸਫ਼ਰ? ਪਹਿਲੀ ਵਾਰ ਇੰਨਾ ਲੰਬਾ ਸਫ਼ਰ ਕੀਤਾ, ਉਹ ਵੀ ਇਕੱਲਿਆਂ ਨੇ। ਠੀਕ ਹੈ ਸਾ, ਮੈਨੂੰ ਅੰਦਰੇ ਬਹਾਲ ਗਿਆ ਸੀ ਪਹਿਲਾਂ। ਉੱਥੋਂ ਦਾ ਅੰਦਰ ਤੱਕ ਜਾਣ ਦੇ ਦਿੰਦੇ ਜਹਾਜ਼ ਵਿੱਚ? ਨਹੀਂ ਹਾਂ, ਸਿਕਿਉਰਿਟੀ ਤੱਕ, ਥੋੜਾ ਜਿਹਾ ਸਿਕਿਉਰਿਟੀ ਤੱਕ ਜਾਣ ਦੇ ਦਿੰਦੇ। ਮੰਮੀ ਨੇ ਪਹਿਲੀ ਵਾਰ ਇਹਨਾਂ ਇਕੱਲਿਆਂ ਨੇ ਸਭ ਤੋਂ ਲੰਬਾ ਸਫ਼ਰ ਕੱਢਿਆ। ਅਮਰੀਕਾ ਕੈਨੇਡਾ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ, 17 ਘੰਟੇ ਦਾ ਲਗਾਤਾਰ ਸਫ਼ਰ ਸੀਗਾ। 17 ਘੰਟੇ 17 ਮਿੰਟ ਬਾਕੀ ਉੱਥੋਂ ਘਰੋਂ ਲੈ ਕੇ ਏਅਰਪੋਰਟ ਤੱਕ ਜਾਣਾ ਸੈਨ ਫਰਾਂਸਿਸਕੋ ਤੱਕ, ਅਤੇ ਹੁਣ ਉਹ ਤੋਂ ਬਾਅਦ ਜਿਹੜੀ ਏਅਰਪੋਰਟ 'ਤੇ ਵੇਟ ਕਰਨੀ ਪੈਂਦੀ ਆ, ਉਹ ਤੋਂ ਬਾਅਦ ਜਿਹੜਾ 17 ਘੰਟੇ 17 ਮਿੰਟ, ਉਹ ਤੋਂ ਬਾਅਦ ਜਿਹੜਾ ਏਅਰਪੋਰਟ ਤੋਂ ਲੈ ਕੇ ਹੁਣ ਪਿੰਡ ਤੱਕ ਦਾ ਸਫ਼ਰ ਤਕਰੀਬਨ 8-8.5 ਘੰਟੇ ਇਹ ਰੱਖ ਕੇ ਚੱਲੋ, ਅਤੇ ਇੰਨਾ ਸਫ਼ਰ ਮੰਮੀ ਨੇ ਹੁਣ ਇਕੱਲਿਆਂ ਨੇ ਕੱਢਿਆ ਵੀ ਅਸੀਂ ਸ਼ਾਬਾਸ਼ ਦਿੰਦੇ ਤੁਹਾਨੂੰ, ਸ਼ਾਬਾਸ਼। ਸਾਨੂੰ ਤਾਂ ਇਹ ਸੀ ਕਿਤੇ ਸੀਟ ਤੋਂ ਉੱਠ ਕੇ ਜਹਾਜ਼ ਨਾਲ ਚਲਾਉਣ ਲੱਗ ਪਣ। ਉਹ ਕਈ ਵੇਲੇ ਹਾਲਾਤ ਇੱਦਾਂ ਦੇ ਹੋ ਜਾਂਦੇ ਆ, ਜਜ਼ਬਾਤ ਬਦਲ ਜਾਂਦੇ ਮੰਮੀ। ਅਮਰ ਰੰਗ ਰੂਪ ਤਾਂ ਇੰਨਾ ਨਹੀਂ ਗੋਰਾ ਹੋਇਆ ਯਾਰ, ਕਾਲੇ ਦਾ ਨਹੀਂ, ਮੈਂ ਤਾਂ ਹੋਰ ਹਾਂ, ਹੋਰ ਸਾਫ਼ ਹੋ ਗਏ ਹੋ ਗਏ ਮੰਮੀ, ਕਿਤੇ ਗੋਰੀਆਂ ਬਣੇ ਉਧਰ ਗੋਰੀਆਂ ਨੂੰ। ਮੰਮੀ ਦਾ ਮੇਰੇ ਵਰਗੇ ਰੰਗ ਹੋਇਆ, ਉਹ ਟੱਟੀਆਂ ਤਾਂ ਲੱਗੀਆਂ ਰਹੀਆਂ ਉਹਨਾਂ ਚਿਰ। ਹਾਂ ਮੈਂ ਤੁਹਾਨੂੰ ਗਲਤ ਕਹਿੰਦਾ ਸੀ ਨਾ ਵੀ ਮੰਮੀ ਦੀ ਸਿਹਤ ਥੋੜੀ, ਮੰਮੀ ਜਿੰਨਾ ਚਿਰ ਉੱਥੇ ਰਹੇ ਨਾ 5 ਮਹੀਨੇ, ਮੰਮੀ ਟੱਟੀਆਂ ਨਹੀਂ ਹਟੀਆਂ, ਖਰਾ ਨਿਕਲਿਆ ਹੁਣ ਐਂਡ। ਨਹੀਂ ਇਹ ਟੱਟੀਆਂ ਦਾ ਕੀ ਰੌਲਾ, ਕੀ ਟੱਟੀਆਂ ਦਾ, ਮੈਂ ਥੰਬਨੇਲ ਲਾਉਂਗਾ ਵੀ ਟੱਟੀਆਂ ਨਹੀਂ ਹਟੀਆਂ। ਕੁੰਡਾ ਲਾ ਦੋ। ਖੁਸ਼ੀ ਦੀ ਕੁੜੀ, ਮਿੱਠੀ ਨੇ ਤਾਂ ਮੂੰਹ ਚੱਟਣਾ ਬਸ। ਲਓ ਜੀ ਨੈਕਸਟ ਡੇ ਵੀਡੀਓ ਬਣਦੀ ਪਈ ਆ, ਇਹ ਅਗਲੇ ਦਿਨ ਦਾ ਸ਼ਾਟ ਆ, ਅਤੇ ਸੂਟ ਕੇਸ ਖੁੱਲ੍ਹ ਗਿਆ, ਅਤੇ ਸਾਡੇ ਲਈ ਜਿਹੜੀ ਚੀਜ਼ ਆਉਣੀ ਸੀ ਆ ਗਈ ਆ। ਆਹਾ ਆਹਾ ਇਹਦੇ ਲਈ ਦੇਖੋ, ਦਿਖਾਓ ਬਈ ਦਿਖਾਓ, ਇਹਦੇ ਲਈ ਬੂਟ ਆਏ ਆ ਮਿੱਠੀ ਲਈ। ਬਿੰਦੀ ਲੱਭ ਗਈ, ਲੈ 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 ਲੈ, ਚਲੋ ਹੋ ਜਾਓ ਤਿਆਰ, ਬਿੰਦੀ ਲਾਵਾਂ। ਹਾਂ ਦਿਖਦੀ ਹੈ, ਦੇਖੋ ਕਿੰਨੀ ਸੋਹਣੀ ਲੱਗਦੀ ਬਈ, ਲਾਈ ਲਓ ਜੀ। ਮੰਮੀ ਨੇ ਅਮਰੀਕਾ ਵਾਲੀ ਬਿੰਦੀ ਲਾ ਦਿੱਤੀ ਆ, ਦੇਖੋ ਮੈਂ ਦੋਨਾਂ ਚੋਂ ਕਲਰ ਚੂ ਦੱਸੇ ਵੀ ਕਿਹੜਾ ਕਿਹੜਾ ਲਾਈਏ, ਇਹ ਲਾਉਣਾ ਕਿ ਦੂਜਾ ਲਾਉਣਾ ਗੋਲਡਨ। ਲਿਪਸਟਿਕ ਵੀ ਲਾਤੀ ਮੈਂ, ਵਾਹ ਵਾਹ, ਹੁਣ ਮੰਮੀ ਨੇ ਮੂੰਹ ਧੋਣ ਚੱਲ ਜਾਣਾ, ਬੜੇ ਫੜ ਫੜ ਕੇ ਲਾਈ ਮੈਂ ਫਟਾਫਟ। ਤੂੰ ਖੋ ਉਹ ਕਿੱਥੇ ਗਈ ਮਿੱਠੀ ਦਾ, ਦਿਖਾ ਦਿਓ ਬੂਟ ਭਾਈ, ਆਹ ਲਓ ਜੀ ਮਿੱਠੀ ਦੇਖ ਲਓ, ਨਹੀਂ ਇਹ
ਮਿੱਠੀ ਕਿੰਨੀ ਸੋਹਣੀ ਲੱਗਦੀ ਹੈ ਤੂੰ ਬੂਟ ਕਲਰ ਦੇ ਪਾ ਕੇ ਮਿੱਠੀ ਮਿੱਠੀ ਅਮਰੀਕਾ ਦੇ ਬੂਟ ਪਾਏ ਹੋਏ ਜੀ ਡਰ ਗਈ ਹਜੇ ਡਰਦੀ ਪਈ ਹੈ ਜਿੱਦਾਂ ਨਾ ਆਹ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਂਦੇ ਆ ਮੈਨੂੰ ਬਹੁਤ ਸੋਹਣੀ ਲੱਗੀ ਆ ਇਹ ਹੈਗਾ ਜੀ ਸਿਮਰਨ ਦਾ ਗਿਫਟ ਅਮਰੀਕਾ ਤੋਂ ਭੇਜਿਆ ਆ ਤੇ ਇਹਦੇ ਵਿੱਚ ਇੱਦਾਂ ਆ ਵੀ ਇਹਨੂੰ ਇੱਦਾਂ ਇੱਦਾਂ ਖੋਲੋ ਤੇ ਆ ਜਿਹੜੀ ਗੁੱਡੀ ਜੀ ਵਿੱਚ ਲੱਗੀ ਹੋਈ ਆ ਇਹ ਘੁੰਮਦੀ ਆ ਇਹ ਫਿਰ ਇਹ ਗਾਣੇ ਵੀ ਗਾਉਂਦੀ ਹਲਾਈ ਇੱਕ ਵਾਰ ਡੁੰਡਰੂ ਆ ਹਲਾ ਦੇ ਬਸ ਜ਼ੋਰ ਨਾ ਆ ਦੇ ਪਤਾ ਨਹੀਂ ਵਿੱਚ ਆਵਾਜ਼ ਆਉਂਦੀ ਆ ਕਿ ਨਹੀਂ ਆਉਂਦੀ ਪਰ ਬਹੁਤ ਸੋਹਣੀ ਆਵਾਜ਼ ਆ ਜੀ ਟੂੰ 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 ਤੇ ਇਹਦੇ ਵਿੱਚ ਸ਼ੀਸ਼ਾ ਵੀ ਲੱਗਾ ਆ ਤੇ ਉੱਪਰੋਂ ਦੇਖ ਲਓ ਕਿੱਦਾਂ ਦੀ ਆ ਇਹ ਹੈ ਕਿਸ ਵਾਸਤੇ ਇਹਦੇ ਵਿੱਚ ਕੀ ਰੱਖਣਾ ਜੁਐਲਰੀ ਬਾਕਸ ਆ ਇਹ ਸਤਵੀਰ ਨੇ ਸਤਵੀਰ ਦਾ ਪਰਸ ਵੀ ਆ ਗਿਆ ਆ ਦੇਖੋ ਸੋਹਣਾ ਆ ਮੰਮੀ ਵਾਲਾ ਆ ਵਿੱਚ ਪਿਆ ਸਤਵੀਰ ਦੀਆਂ ਮੌਜਾਂ ਆ ਸਤਵੀਰ ਨੇ ਆਪਣੇ ਪੁਰਾਣੇ ਪਰਸ ਆ ਜਿਹੜੇ ਆ ਥੋੜੀ ਦੇਰ ਪਹਿਲਾਂ ਖਰੀਦੇ ਉਹ ਦੇ ਦਿੰਦੇ ਆ ਸੁੱਖ ਨੂੰ ਦੇ ਦੀ ਕਿਹਨੂੰ ਨਹੀਂ ਦੇਣਾ ਆਹ ਦੇਖ ਇੱਕ ਹੋਰ ਨਿਕਲਿਆ ਆ ਅੱਛਾ ਮੰਮੀ ਆਪਣੇ ਲਈ ਲੈ ਕੇ ਆਏ ਬਈ ਸਾਰਿਆਂ ਨੂੰ ਆਪੋ ਆਪਣੀ ਚੀਜ਼ਾਂ ਮਿਲ ਗਈਆਂ ਆਹ ਢੱਕਣ ਇਹਦਾ ਸੀਕੇ ਦੇ ਪਰਸ ਦਾ ਇਹਦਾ ਢੱਕਣ ਪਾ ਦੇ ਢੱਕਣ ਇਹ ਆਹ ਲਓ ਜੀ ਫਿਰ ਉੱਪਰੋਂ ਕਸ ਵੀ ਹੋ ਜਾਂਦਾ ਜੀ ਨਹੀਂ ਤੇ ਤੂੰ ਸਬਰ ਹੈ ਨੀ ਵੀ ਜੇ ਤੈਨੂੰ ਸਮਾਨ ਦਿੱਤਾ ਆ ਤਾਂ ਤੂੰ ਇੱਕ ਦਿਨ ਬਾਅਦ ਵਰਤ ਲਾ ਜਦੋਂ ਤਿਆਰ ਸ਼ਿਆਰ ਹੋ ਕੇ ਆ ਹੁਣੇ ਆ ਮੈਂ ਦੇਖ ਲਓ ਇੰਨੀ ਫਿੱਟੀ ਉਹ ਆ ਹੁਣੇ ਲੱਗੀ ਆ ਹੁਣ ਆਹ ਹਾਲ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਦੇਖ ਲਓ ਇਹ ਕਿੱਦਾਂ ਹੈ ਇੱਦਾਂ ਬਿਨਾਂ ਨਾਤੇ ਲਾ ਲਈ ਉਹ ਦੱਸਣਾ ਨਹੀਂ ਸੀ ਵਿੱਚ ਅੱਜ ਦੋਨਾਂ ਤੀਰੇ ਨਾ ਸੋਰੀ ਬੰਦ ਕਰਦਾ ਹੁਣ ਬਿੰਦੀ ਬਿੰਦੀ ਲੱਗੀ ਜੱਜ ਦੀ ਬੜੀ ਆ ਮੱਜ ਕੀ ਆ ਜਿਹੜਾ ਸਟੋਨ ਜਿਹਾ ਲਾਇਆ ਮੈਂ ਨਹਿ ਤੇ ਲਾਈਦਾ ਇਹ ਲੱਗ ਗਿਆ ਮੰਮੀ ਦੇ ਮੱਥੇ ਤੇ ਐਂ ਲੱਗਦੀ ਵੀ ਸੱਚੀ ਬਿੰਦੀ ਆ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਮੇਰਾ ਮੇਕਅਪ ਐਡਾ ਵੀ ਦੱਸੋ ਮੇਰਾ ਮੇਕਅਪ ਕੀਤਾ ਕਿਦਾਂ ਦਾ ਮੈਂ ਨਾਲੇ ਮੈਂ ਲਾਈ ਆ ਮੰਮੀ ਦੇ ਬਿੰਦੀ ਵੀ ਲਿਪਸਟਿਕ ਨਹੀਂ ਤਾਂ ਤੁਸੀਂ ਲਾਈ ਆ ਲਿਪਸਟਿਕ ਨਹੀਂ ਲਾਈ ਲੱਗਦੀ ਅੱਛਾ ਤੈਨੂੰ ਬਹੁਤ ਪਤਾ ਲੱਗਦੀ ਨਹੀਂ ਲੱਗਦੀ ਲਾਈਟ ਸ਼ੇਡ ਆ ਨਾ ਮੰਮੀ ਦੇ ਸੂਟ ਨਾਲ ਮਿਲ ਗਈ ਬਾਏ ਡੈਡੀ ਜੀ ਚੱਲੇ ਆ ਤੇ ਪਿੱਛੋਂ ਤੱਕ ਲੱਗੇ ਲਾਉਣ ਆਪਾਂ ਜਾਂਦੀ ਵਾਰੀ ਚਲੇ ਗਏ ਡੈਡੀ ਜੀ ਇਹਦੇ ਨਾਲ ਹੀ ਵਲੌਗ ਖਤਮ